हाँ जी चढ़ती कला जी, सत श्री अकाल सारे नूं। ते इस वक्त 6:45 दे लगभग टाइम हो गया, तो 15 तरीक हो गई आ। वैसे असी कल तुरना सी पर कल क्योंकि अगे रहन दा रिहायश दा प्रोग्राम बनदा नहीं सीगा, सो असी अज सवेरे 6 बजे दे लगभग तुर रहे हैं। तो इस वक्त असी खड़े हाँ गुरद्वारा श्री चोला साहब डेरा बाबा नानक, इतों असी गए सी करतारपुर। तो जिहड़ा अज दा साडा सफर हैगा, अज दा सफर होगा गोविंदवाल जां सुल्तानपुर लोधी तक, क्योंकि सानू असी कोशिश करांगे वी असी 125 किलोमीटर कढ सकीए। इसलिए असी सवेरे तुर रहे हैं सुल्तानपुर लोधी, इतों हैगा 114-115 किलोमीटर। सो साडी कोशिश आ वी असी सुल्तानपुर लोधी तक ही जाइए, बाबा कृपा करे। तो बाकी तुसीं वी देखदे रहो ब्लॉग, साढ़े सैकल साढ़े तैयार आ। तो सरां चों असी बाहर निकले, चाबियां फड़ा दियां, हुण बस दरबार साहब मत्था टेक के ते तुरन लगे हां। हां वीर जिंदरा किवें आ? ਚੜ੍ਹਦੀ ਕਲਾ ਵੀਰੇ ਬਿਲਕੁਲ ਠੀਕ ਠਾਕ ਆ, ਮੋੜ ਬਹੁਤ ਵਧੀਆ। ਚਲੋ ਠੀਕ ਆ ਜੀ, ਮਿਲਦੇ ਆ ਚੜ੍ਹਦੀ ਕਲਾ। ਲੋ ਜੀ ਡੇਰਾ ਬਾਬਾ ਨਾਨਕ ਤੋਂ ਨਿਕਲ ਗਏ ਆਪਾਂ। ਵੈਸੇ ਤਾਂ ਡੇਰਾ ਬਾਬਾ ਨਾਨਕ ਤਾਂ ਬਾਜ਼ਾਰ ਹੀ ਆ, ਪਰ ਸ਼ਹਿਰ 'ਚੋਂ ਆਪਾਂ ਬਟਾਲੇ ਵਾਲੀ ਸੜਕ ਪੈ ਗਏ ਅਤੇ ਮਾਹੌਲ ਠੀਕ ਆ, ਹਜੇ ਸਰੀਰ ਗਰਮ ਹੋ ਰਿਹਾ ਹੌਲੀ ਹੌਲੀ, ਪਰ ਸਟਰੀਟ ਲਾਈਟਾਂ ਲਾ ਕੇ ਮਾਹੌਲ ਇੱਕ ਨੰਬਰ ਕਰਿਆ ਪਿਆ। ਸਾਨੂੰ ਐਂ ਵੀ ਲਾਈਟਾਂ ਬੰਦ ਕਰ ਦੀਆਂ, ਤੂੰ ਤਾਂ ਕਰਤੀ ਵਰਜਿੰਦਰਾ ਹੈ ਨਾ। लो जी बट अपने फत उ निकल गए डेरा बाबा नानक तो बटाले जोड़ते हैं। तो धुंदो धुंद होया पै गया वा, तो जो पानी पूरी लाया कणक में, वैसे कणकों में पानी लाने वाली रुत है नहीं, धुंद बहुत ज़्यादा, ठंड भी हैगी है। ਜੇ ਮਗਰਲੇ ਸਿੰਘ ਹਜੇ ਮੈਥੋਂ ਮਗਰ ਹੀ ਆ ਗਏ ਚੁਬਰਾ, ਕਿਵੇਂ ਆ? ਠੀਕ ਆ ਮਾਹੌਲ, ਧੁੰਦ ਵੱਧ ਆ। ਹਾਂ ਮੈਂ ਵੀ ਉਹੀ ਗੱਲ ਕਰਕੇ ਹਟਾਂ ਵੀ ਧੁੰਦ ਆ ਦਿਨਾਂ 'ਚ, ਪਾਣੀ ਵੀ ਨਹੀਂ ਲੱਗਦਾ ਯਾਰ ਕਣਕਾਂ ਨੂੰ, ਪਰ ਹੋ ਸਕਦਾ ਮਗਰਲਾ ਪਾਣੀ ਇਹ ਲਾਈ ਬੈਠੇ ਹੁਣ ਲੋਕ। ਮੈਂ ਵੀ ਸੁਲਤਾਨਪੁਰ ਲੋਧੀ 122 ਕਿਲੋਮੀਟਰ ਅਤੇ ਬਟਾਲਾ 27 ਜਲੰਧਰ 108। ਗਾਈਸ ਆ ਜਾਓ ਪੰਜੀਰੀ ਖਾ ਲਓ ਵਿਦ ਟੀ। ਅਸੀਂ ਇਸ ਵਕਤ ਖੜੇ ਜੀ ਕੋਟਲੀ ਸੂਰਤ, ਅਤੇ 18 ਕਿਲੋਮੀਟਰ ਰਹਿ ਗਿਆ ਬਟਾਲਾ ਸਾਨੂੰ, ਅਤੇ ਬਸ ਘੰਟੇ ਸਵਾ ਘੰਟੇ ਦੀ ਵਾਟ ਆ। ਚਾਹ ਚੂਹ ਛਕਣ ਲੱਗੇ ਸੀਗੇ ਅਤੇ ਹੁਣ ਚਾਹ ਛੱਕ ਕੇ ਪਨੀਰੀ ਪਨੀਰੀ ਖਾ ਕੇ ਫਿਰ ਤੁਰਦੇ ਹਾਂ। ਪੰਜੀਰੀ ਮਾਤਾ ਨੇ ਸਾਡੇ ਨੇ ਭੇਜੀ ਆ, ਬਰਜਿੰਦਰ ਦੀ ਮੰਮੀ ਨੇ, ਅਤੇ ਹੁਣ ਖਾ ਕੇ ਫਿਰ ਚਲ ਪਹੁੰਚ ਜਾ ਬਟਾਲੇ, ਉੱਥੇ ਵੇਖਾਂਗੇ ਜਿਵੇਂ ਗੁਰਦੁਆਰਾ ਸਾਹਿਬ ਦਰਸ਼ਨ ਵੇਲੇ ਕਰਕੇ। ਸਾਡੀ ਕੋਸ਼ਿਸ਼ ਆ ਵੀ ਅੱਜ ਸੁਲਤਾਨਪੁਰ ਸਾਹਿਬ ਜਾਵਾਂਗੇ। ਕਿਵੇਂ ਸੋਹਣੇ ਹੋ? ਹਾਂਜੀ ਸੌਰੀ ਮੈਂ ਜਿਹੜਾ ਬਿਟ ਬਿਜੀ ਸੀਗਾ, ਤੁਸੀਂ ਖਾਂਦੇ ਚੜ੍ਹਦੀ ਕਲਾ ਬਣਾਉਣਾ ਵੀ ਬਹੁਤ ਵਧੀਆ ਬਹੁਤ ਵਧੀਆ। ਚੰਗੀ ਕਟਿੰਗ ਚਾਹ ਔਡਰ ਕੀਤੀ ਹੈ ਅਤੇ ਚਾਹ ਪੀਂਦੇ ਹਾਂ ਨਾਲ ਦੀ ਨਾਲ, ਚਟਨੀ ਦਾ ਸਫ਼ਰ ਸਵਾਦ ਲੈਂਦੇ ਜਾਵਾਂਗੇ। ਮੌਸਮ ਵਧੀਆ, ਸਵੇਰੇ ਸਵੇਰੇ ਖਿੱਚਾਂਗੇ ਟਾਈਮ ਜਿੰਨਾ ਖਿੱਚੇਗਾ। ਸਾਡੀ ਇਹੀ ਕੋਸ਼ਿਸ਼ ਵੀ 9-10 ਵਜੇ ਤੱਕ ਅਸੀਂ ਖਿੱਚਦੇ ਕੰਮ ਪੂਰਾ, ਉਸ ਤੋਂ ਬਾਅਦ 'ਚ ਦੁਪਹਿਰੇ ਅੱਜ ਰੈਸਟ ਲਵਾਂਗੇ। ਅੱਜ ਰੈਸਟ ਦਵਾਉਣੀ ਇਹਨੂੰ ਮੁੰਡੇ ਨਿਊਜ਼ ਲੈ ਲੈਣ ਹੋ ਗਿਆ ਬਹੁਤ ਟੈਨ, ਅਸੀਂ ਸਾਰੀ ਹੋ ਗਈ ਉਹਦਾ ਟੈਨ ਹੋ ਗਿਆ, ਮੈਂ ਤਾਂ ਡਾਰਕ ਹੀ ਹੋ ਗਿਆ। ਐ ਓਏ ਤੂੰ ਤਾਂ ਟੈਨ ਹੋਇਆ, ਮੈਂ ਤਾਂ ਡਾਰਕ ਹੀ ਹੋ ਗਿਆ। ਜਿਹੋ ਜਿਹੇ ਫਿਰ ਤੁਰਨ ਵੇਲੇ ਸੀ ਉਹੋ ਜਿਹੇ ਅੱਜਾਂ ਮੱਝ ਹੋਏ। ਹੈਂ ਵਰਜਿੰਦਰਾ? ਹਾਂਜੀ। ਆ ਜਿਹੜੀ ਤਰੱਕੀ ਦੇ ਨਾਂ 'ਤੇ ਪੰਜਾਬ ਦੀ ਦੁਰਦਸ਼ਾ ਹੋ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੇਂਗਾ? ਸੜਕ ਚੌੜੀ ਕਰਨੀ ਆ, ਮਾੜਾ ਨੀ ਕਹਿੰਦੇ, ਸੜਕ ਚੌੜੀ ਕਰ ਲੋ, ਪਰ ਜਿਹੜੇ ਵਿਚਾਲੇ ਦਰਖਤ ਨਾ ਪੁੱਟੋ, ਤੁਸੀਂ ਫੁੱਟਪਾਥ ਬਣਾ ਦੋ, ਫੁੱਟਪਾਥ ਵੈਸੇ ਵੀ ਫੁੱਟਪਾਥ ਤਾਂ ਵੈਸੇ ਵੀ ਬਣਨਾ ਹੀ ਆ। ਦਿੱਲੀ ਦੇ ਵਿੱਚ ਇੰਡੀਅਨ ਐਕਸਪ੍ਰੈਸ ਨੇ ਇਨਕੁਆਇਰੀ ਕੀਤੀ ਆ, ਉੱਥੇ ਕੀ ਗੱਲ ਸਾਹਮਣੇ ਆਈ ਹੈਗੀ ਵੀ ਜਿਹੜੇ ਆਪਣੇ ਦਿੱਲੀ ਦੇ ਵਿੱਚ ਅਫਸਰਾਂ ਦੇ ਬੰਗਲੇ ਆ, ਜਿਵੇਂ ਪੀਐਮ ਦਾ ਬੰਗਲਾ, ਆਰਬੀਆਈ ਗਵਰਨਰ ਦਾ, ਕੋਈ ਅਲੱਗ ਅਲੱਗ ਮਿਨਿਸਟਰੀ ਦੇ ਸੈਕਟਰੀਏਟ ਆ, ਹਨਾ, ਉਹਨਾਂ ਦੇ ਘਰ ਆ ਜਿਹੜੇ, ਉਹ ਮੈਪ ਦੇ ਵਿੱਚ ਫੋਰ ਜੰਗਲ ਦਿਖਾ ਰਿਹਾ ਮੈਪ ਦੇ ਉੱਤੇ। ਅੱਛਾ, ਮੈਪ ਦੇ ਵਿੱਚ ਜੰਗਲ ਦਿਖਾ ਰਿਹਾ, ਮੈਪ ਦਿਖਾ ਰਿਹਾ ਜਿਹੜਾ ਸਰਕਾਰੀ ਨਕਸ਼ਾ, ਸਰਕਾਰੀ ਨਕਸ਼ਾ, ਠੀਕ ਆ। ਦੇਖਣਾ ਹੋਵੇ ਤਾਂ ਇੰਡੀਅਨ ਐਕਸਪ੍ਰੈਸ ਦਾ ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ।
ਲੋ ਵੀ ਮਿਲ ਜੂਗਾ ਅੱਛਾ ਇੱਕ ਪਾਸੇ ਤਾਂ ਇਹ ਕਹਿ ਰਿਹਾ ਵੀ ਅਸੀਂ ਜੰਗਲ ਇੰਨਾ ਵਧਾਤਾ ਸਾਡਾ ਆ 30% ਹੋ ਗਿਆ 24% ਹੋ ਗਿਆ ਤਾਂ ਨੀਚੇ ਪਾਸੇ ਦੇਖ ਲਓ ਵੀ ਸਾਰੇ ਦਰਖਤ ਇਹਨਾਂ ਨੇ ਵੱਢਤੇ ਆ ਹਾਂ ਹੁਣ ਕਿੱਡੇ ਕਿੱਡੇ ਦਰਖਤ ਆ ਜਿਹੜੇ ਪੱਟੀ ਜਾਂਦੇ ਕਿੱਡੇ ਕਿੱਡੇ ਟੋਏ ਵਾਲੇ ਛੱਤੀਸਗੜ੍ਹ ਦੇ ਵਿੱਚ ਕੀ ਆ ਛੱਤੀਸਗੜ੍ਹ ਦੇ ਵਿੱਚ 210,000 ਦਰਖਤ ਵੱਢਣਾ ਇਹਨਾਂ ਨੇ ਅੱਛਾ ਪਰ ਉੱਥੋਂ ਦੇ ਲੋਕ ਰੌਲਾ ਪਾਈ ਬੈਠੇ ਆ ਜਿਹੜੇ ਆਦੀਵਾਸੀਆਂ ਆਦੀਵਾਸੀ ਲੋਕ ਹੈ ਟ੍ਰੈਕਟਰ ਨੈਕਸਲਾਈਟ ਵਾਲਾ ਕੰਮ ਉਹ ਆ ਗਿਆ ਹਾਂ ਹਾਂ ਮੇਰੇ ਕਹਿੰਦੇ ਨਕਸਲਵਾਦ ਵੱਧਦਾ ਹੋਰ ਵੱਧਦਾ ਮਾਓਵਾਦੀ ਆ ਕਿਉਂ ਨਾ ਵਧਣ ਬਈ ਯਾਰ ਅਗਲੇ ਜੋ ਵਾਲੇ ਤੁਸੀਂ ਘਰ ਖਰਾਬ ਕਰੀ ਜਾਂਦੇ ਅਗਲੇ ਉਹਨਾਂ ਦੀ ਰੋਜੀ ਰੋਟੀ ਕੋਈ ਉਹ ਯਾਰ ਬਿਲਕੁਲ ਹੁਣ ਤੁਸੀਂ ਐ ਵੇਖ ਕੇ ਦੇਖੋ ਵੀ 210,000 ਦਰਖਤ ਕਿੱਥੇ ਜਾ ਕੇ ਬੰਦਾ ਤੇ ਉਹ ਖੜਾ ਵੀ ਕਿੰਨੇ ਸਾਲਾਂ ਚ ਹੋਊਗਾ ਨਾ ਸਾਲਾਂ ਚ ਖੜਾ ਹੋਊਗਾ ਹੁਣ ਤੂੰ ਉਹ ਵੇਲਾ ਬਠਿੰਡੇ ਵਾਲੀ ਸੜਕ ਕਿੰਨੇ ਸਾਲ ਹੋ ਗਏ ਬਣੀ ਨੂੰ ਹਾਂ ਤੇ ਹਜੇ ਦਾ ਦਰਖਤ ਨਹੀਂ ਹੋਇਆ ਹਜੇ ਉਹ ਉਹ ਦਰਾ ਸੜਕ ਤੇ ਛਾਂ ਨਹੀਂ ਹੋਣ ਲੱਗੀ ਛਾਂ ਨਹੀਂ ਹੋਣ ਲੱਗੀ ਤੇ ਉਹ ਭੈਣੀ ਕਿੰਨੀ ਵੱਡੀ ਸੜਕ ਸੀ ਉਹ ਇਹ ਬਾਈ ਕੁਦਰਤ ਨਾਲ ਕੁਦਰਤ ਨੇ ਇਹਨਾਂ ਨੂੰ ਮੋੜ ਬਹੁਤ ਜ਼ਿਆਦਾ ਪੁੱਠਾ ਦੇਣਾ ਇਹ ਗੱਲ ਯਾਦ ਰੱਖਣਾ ਸਰਕਾਰ ਮੋੜਾਂ ਦੇ ਹੀ ਜਾਂਦੀਆਂ ਹੁਣ ਪਹਿਲਾਂ ਬਾਦਲ ਕਹਿਣ ਨੂੰ ਦਿੱਤਾ ਮੋੜ ਕੈਪਟਨ ਨੂੰ ਦੇਤਾ ਕੈਪਟਨ ਨੂੰ ਦੇਤਾ ਹੁਣ ਇਹਨਾਂ ਨੂੰ ਦੇ ਦੇਣਗੇ ਝਾੜੂ ਵਾਲੇ ਨੂੰ ਹਾਂ ਕੁਦਰਤ ਨਾਲ ਖਲਵਾੜ ਬਹੁਤ ਮਹਿੰਗਾ ਯਾਰ ਕਦਰ ਕਰੋ ਚੀਜ਼ ਦੀ ਯਾਰ ਸੜਕਾਂ ਬਣਾਉਂਦੇ ਸੀ ਟ੍ਰੈਫਿਕ ਰੂਲ ਬਣਾਓ ਸੜਕਾਂ ਦਾ ਆਹੀ ਬਹੁਤ ਆ ਹੁਣ ਬਾਕੀ ਯਾਰ ਆਪਣਾ ਇੱਥੇ ਕੁਝ ਪੱਕਾ ਨਹੀਂ ਬਾਈ ਆਪਾਂ ਸਾਰਾ ਕੁਝ ਗਾਹਾਂ ਲੀਆਂ ਪੀਣੀਆਂ ਨੂੰ ਸੌਂਪ ਕੇ ਤੇ ਤੁਰ ਜਾਣਾ ਆਪਾਂ ਤਾਂ ਜਿਵੇਂ ਪਿਛਲੇ ਆਪਣੇ ਵੱਡੇਰੇ ਆਪਾਂ ਨੂੰ ਦੇ ਕੇ ਗਏ ਆ ਹਾਂ ਕੋਈ ਵਧਗਾ ਰਹਾਂਗੇ ਆਪਾਂ ਕੋਈ ਸ਼ੁੱਧ ਹਵਾ ਪਾਣੀ ਦੇ ਕੇ ਜਾਗੇ ਵਧਗਾ ਪੰਜਾਬ ਦੇ ਕੇ ਹਾਂ ਚਲੋ ਸਾਡੇ ਵਿਚਾਰ ਕਬੂਲ ਕਰਿਓ ਉੱਚਾ ਨਹੀਂ ਮੈਂ ਬੋਲਿਆ ਮਾਫ ਕਰਿਓ ਪਰ ਸੱਚੀਆਂ ਗੱਲਾਂ ਬੋਲੀਆਂ ਜਾਂਦੀਆਂ ਚੜ੍ਹਦੀ ਗੱਲ ਉਹ ਸਾਡਾ ਇੱਕ ਬੰਦਾ ਮਗਰਾ ਵਿਚਾਰਾ ਉਹ ਥੋੜ੍ਹਾ ਜਿਹਾ ਠੰਡਾ ਹੋ ਰਿਹਾ ਕੱਲ੍ਹ ਦਾ ਊਂ ਤਾਂ ਠੀਕ ਆ ਚੜ੍ਹਦੀ ਕਲਾ 'ਚ ਪੂਰਾ ਉਹ ਪਰ ਲੰਮੀ ਟੂਰਿੰਗ ਕਰਕੇ ਨਾ ਥੋੜ੍ਹਾ ਜਿਹਾ ਹੌਲਾ ਹੌਲੀ ਹੋ ਜਾਂਦਾ ਉਹ ਕੋਈ ਨਹੀਂ ਅਸੀਂ ਉਹਦੇ ਨਾਲ ਹੀ ਹਾਂ ਹੌਲੀ ਹੌਲੀ ਜਾਵਾਂਗੇ ਅਸੀਂ ਸਾਨੂੰ ਆਪਦੇ ਨਾਲੋਂ ਵੱਧ ਉਹਦਾ ਫਿਕਰ ਆ ਲਓ ਜੀ ਬਾਬਾ ਬਕਾਲਾ ਸਾਹਿਬ ਅਤੇ ਸੁਲਤਾਨਪੁਰ ਲੋਧੀ ਇਹਨਾਂ ਨੇ ਆਏ ਨਹੀਂ ਲਿਖਿਆ ਕਿੰਨੇ ਪਰ ਸੁਲਤਾਨਪੁਰ ਲੋਧੀ ਜੀ ਅੰਦਾਜ਼ਾ ਲੱਗ ਗਿਆ ਇੱਥੋਂ ਅਸੀਂ 90 ਕਿਲੋਮੀਟਰ ਹੋਊਗਾ ਕਿਲ੍ਹਾ ਲਾਲ ਸਿੰਘ ਪਹੁੰਚ ਗਏ ਆਪਾਂ ਅਤੇ ਮੌਲ ਸੈੱਟ ਆ ਲਗਭਗ ਬਟਾਲੇ ਪਹੁੰਚ ਗਏ ਬਸ ਆਪਾਂ 7-8 ਕਿਲੋਮੀਟਰ ਹੈਗਾ ਬਟਾਲਾ ਇੱਥੋਂ 10-15-20 ਮਿੰਟਾਂ ਦੀ ਵਾਟ ਅਤੇ ਮੌਲ ਲੋਟ ਆ ਚੋਬਰ ਸਾਡਾ ਏਅਰ ਜੋੜ ਆ ਪਾਈ ਫਿਰਦਾ ਲੋਟ ਆ ਬੰਦਾ ਸਾਡਾ ਪੂਰਾ ਚੜ੍ਹਦੀ ਕਲਾ ਗੁਰਦੁਆਰਾ ਸਾਹਿਬ ਬਟਾਲਾ ਗੁਰਦੁਆਰਾ ਸ੍ਰੀ ਖੰਡ ਸਾਹਿਬ ਪਹੁੰਚ ਚੁੱਕੇ ਹਾਂ ਅਤੇ ਬਟਾਲੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੀ ਲੰਘਦੇ ਹਾਂ ਅਤੇ ਜਮ੍ਹਾਂ ਆਪਾਂ ਜਾਣੀ ਕਿ ਜਿਹੜਾ ਮੇਨ ਬਾਜ਼ਾਰ ਆ ਬਟਾਲੇ ਸ਼ਹਿਰ ਦਾ 9 ਵਜੇ ਨਹੀਂ ਹਜੇ ਅਤੇ ਬਾਜ਼ਾਰ ਹਜੇ ਖੁੱਲ੍ਹ ਨਹੀਂ ਦਿੱਤਾ ਆਪਾਂ ਅਤੇ ਆਪਾਂ ਪਹਿਲਾਂ ਆ ਗਏ ਇੱਥੇ ਜੇ ਕਿ ਦੇਖਿਆ ਜਾਵੇ ਤਾਂ 2-3 ਘੰਟਿਆਂ ਚ ਨਹੀਂ ਪੌਣੇ ਘੰਟਾ ਹੀ ਹੋਵੇ ਜਾ ਕੇ ਦੇਖ ਸਕਦੇ ਹੋ ਕਿੰਨਾ ਟਾਈਮ ਹੋਵੇ ਲਓ ਜੀ ਹੁਣ ਤਾਂ ਬਣਾਵਾਂਗੇ ਲਓ ਜੀ ਬਟਾਲੇ ਸ਼ਹਿਰ 'ਚ ਮੇਨ ਬਾਜ਼ਾਰ 'ਚ ਪਹੁੰਚ ਗਏ ਹਾਂ 30 ਕਿਲੋਮੀਟਰ ਦਾ ਸਫ਼ਰ ਹੋਗਾ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਹਾਂ ਅਤੇ ਫਿਰ ਤੋਂ ਬਾਅਦ ਦੇਖਾਂਗੇ ਅਗਲਾ ਸਫ਼ਰ ਆਪਾਂ ਚੜ੍ਹਦੀ ਚੜ੍ਹ ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਸੀਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਪਰ ਆ ਜਿਹੜੀ ਕਿ ਜਿਹੜਾ ਮੇਨ ਸਥਾਨ ਆ ਉਹ ਇਹ ਆ ਇਹ ਗੁਰਦੁਆਰਾ ਕੰਧ ਸਾਹਿਬ ਤੋਂ 100-150 ਮੀਟਰ ਹੀ ਦੂਰ ਆ ਅਤੇ ਨਾਲ ਹੀ ਜਿਹੜੀ ਕਿ ਬੈਕ ਸਾਈਡ ਹੈ ਗੁਰਦੁਆਰਾ ਸਾਹਿਬ ਦੇ ਤੁਸੀਂ ਉੱਥੇ ਜੋੜੇ ਜਮ੍ਹਾਂ ਕਰਵਾ ਕੇ ਅਤੇ ਇੱਧਰ ਨੂੰ ਆ ਸਕਦੇ ਹੋ ਕਿ ਇੱਥੇ ਵੀ ਪ੍ਰਬੰਧ ਹੈਗਾ ਬਾਜ਼ਾਰ 'ਚ ਇਹ ਦੋਨੇ ਗੁਰਦੁਆਰੇ ਬਟਾਲੇ ਦੇ ਮੇਨ ਬਾਜ਼ਾਰ 'ਚ ਬਹੁਤ ਉਚਾਈ 'ਤੇ ਬਣੇ ਹੋਏ ਆ ਅਤੇ ਇਹ ਉਹ ਸਥਾਨ ਆ ਮੇਨ ਜਿੱਥੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਨੰਦ ਕਾਰਜ ਹੋਏ ਸੀਗੇ ਉਦੋਂ ਪਤਾ ਨਹੀਂ ਲਾਵਾਂ ਹੁੰਦੀਆਂ ਹੋਣੀਆਂ ਪਤਾ ਨਹੀਂ ਫੇਰੇ ਹੁੰਦੀਆਂ ਹੋਣੀਆਂ ਪਰ ਆਪਾਂ ਤਾਂ ਆਨੰਦ ਕਾਰਜ ਹੀ ਵਰਤਾਂਗੇ
ਹਟ ਦੇ ਪੰਗਾ ਲੈ ਲਿਆ ਇਹ ਕਿੱਥੇ ਹਟ ਦੇ ਪੰਗਾ ਲੈ ਲਿਆ ਇਹਨਾਂ ਨੇ ਬਾਬਰ ਕਹਿੰਦੇ ਬਾਬਾ ਛੱਡ ਦੇ ਬਾਲਟੀ ਵਿੱਚ ਉਹ ਕਹਿੰਦਾ ਛੱਡ ਲਓ ਜੋਰ ਜਵਾਨ ਦਾ ਸ਼ਾਮ ਮੁੱਕਾ ਠੀਕ ਹੈ ਪਰ ਤੁਸੀਂ ਜੋਰ ਜਵਾਨ ਅਸੀਂ ਹੁਣ ਬਟਾਲੇ ਤੋਂ ਨਿਕਲੇ ਹਾਂ ਮਹਿਤੇ ਚੌਂਕ ਵੱਲ ਚੱਲੇ ਹਾਂ ਮਹਿਤਾ ਰਹਿ ਗਿਆ 9 ਕਿਲੋਮੀਟਰ ਮਹਿਤਾ ਚੌਂਕ ਤੋਂ ਉੱਥੋਂ ਫਿਰ ਮਹਿਤੇ ਚੌਂਕ ਤੋਂ ਗਾਂ ਜਾਵਾਂਗੇ ਬਿਆਸ ਅਤੇ ਬਿਆਸ ਤੋਂ ਅੱਗੇ ਫਿਰ ਪਿੰਡਾਂ ਵਿੱਚ ਦੀ ਹੁੰਦੇ ਹੋਏ ਜਾਵਾਂਗੇ ਸੁਲਤਾਨਪੁਰ ਲੋਧੀ ਅਤੇ ਸਾਡੀ ਅੱਜ ਦੀ ਸਟੇਅ ਹੈਗੀ ਸੁਲਤਾਨਪੁਰ ਲੋਧੀ ਅਤੇ ਜੇ ਤੁਸੀਂ ਆਹ ਸੜਕ ਦੇਖੋ ਨਾ ਅਤੇ ਮੈਂ ਕਹਿੰਦਾ ਕਿਆ ਬਾਤਾਂ ਹੀ ਹੋਈਆਂ ਪਈਆਂ ਨਜ਼ਾਰੇ ਆਏ ਪਏ ਆ ਹੈ ਨਹੀਂ ਵੀ ਕੋਈ ਸੜਕ ਸਾਨੂੰ ਕਰੀਏ ਬਸ ਜਿਹੜੀਆਂ ਤਕਲੀਫਾਂ ਸਾਨੂੰ ਆਉਣੀਆਂ ਹੈ ਜਾਂ ਭਵਿੱਖ ਦੇ ਸਾਈਕਲਿਸਟਾਂ ਨੂੰ ਆਉਣੀਆਂ ਉਹ ਆਹ ਆਉਣੀਆਂ ਵੇਖ ਲਓ ਸਾਹਮਣੇ ਦਾੜ ਦਾੜ ਸਿੱਟੀ ਜਾਂਦੇ ਆ ਇਹ ਆਹ ਸੜਤਾ ਮਾਰੇ ਉਹ ਭਰਾਵਾ ਗੱਡੀਆਂ ਦੇ ਲੰਘ ਗਏ ਨਾ ਸਾਈਕਲ ਵਰਗੇ ਮਰਦੇ ਧੁੱਪ 'ਚ ਮੁੜ ਕੇ ਸਾਡੇ ਵਰਗੇ ਤੁਸੀਂ ਤਾਂ ਸਿੱਟ ਦਿੰਦੇ ਦਰਖਤ ਪੋ ਜਾਣਾ ਅਤੇ ਵੱਡੇ ਹੋਣ ਨੂੰ ਪਤਾ ਕਿੰਨੇ ਸਾਲ ਲੱਗਦੇ ਆ ਲਓ ਜੀ ਬਿਆਸ ਪਹੁੰਚ ਗਿਆ ਸਿੰਘ ਅਤੇ ਲੱਸੀਆਂ ਪੀ ਰਹੇ ਆ ਉਹ ਅੱਜ ਮਹਿਤਾ ਚੌਂਕ ਹੈ ਨਾ ਭੁੱਲ ਗਏ ਮਹਿਤਾ ਚੌਂਕ ਪਹੁੰਚ ਕੇ ਬਿਆਸ ਵਾਲੇ ਰਸਤੇ ਬਿਆਸ ਆ ਨੇੜੇ ਆ ਗਿਆ 15-17 ਕਿਲੋਮੀਟਰ ਹੀ ਆ ਮਹਿਤਾ ਚੌਂਕ ਆ ਗਿਆ ਲੱਸੀਆਂ ਪੀ ਜਾਂਦੇ ਹਾਂ ਅਤੇ ਵੇਰਕਾ ਵਾਲੇ ਪੁਆਇੰਟ 'ਤੇ ਬੈਠੇ ਕਿਆ ਵੇਰਕਾ ਪਲਾਂਟ ਮੱਖੀ ਪਲੱਸ ਆ ਹਾਂ ਇਹ ਵੀ ਮੱਖੀ ਵਾਲਾ ਪਲੱਸ ਇੰਨੀ ਜ਼ਿਆਦਾ ਮੱਖੀ ਇੱਥੇ ਵੀ ਨਾ ਲਓ ਇਹ ਗੱਗਣ ਭਾਣਾ ਪਿੰਡ ਪਹੁੰਚ ਗਏ ਅਤੇ ਜ਼ਿਲ੍ਹਾ ਹੈਗਾ ਅੰਮ੍ਰਿਤਸਰ ਅਤੇ ਇਸ ਵਕਤ 12:56 ਹੈ 12:30 ਹੋ ਗਿਆ ਅਤੇ ਅਸੀਂ ਪਹੁੰਚਣਾ ਬਿਆਸ ਬਿਆਸ ਰਹੇਗਾ 14 ਕਿਲੋਮੀਟਰ ਅਤੇ ਬਿਆਸ ਤੋਂ ਗਾਂ ਸੁਲਤਾਨਪੁਰ ਲੋਧੀ ਹੈਗਾ 25 ਕਿਲੋਮੀਟਰ ਪਿੰਡਾਂ ਬੇਲੀ ਅਤੇ ਸਾਡਾ ਜਿਹੜਾ ਟੋਟਲ ਸਫ਼ਰ ਆ ਉਹ ਬਸ 50 ਕਿਲੋਮੀਟਰ ਦੇ ਲਗਭਗ ਰਹਿ ਗਿਆ ਚੌਕਲੇਟ ਖਾ ਲਏ ਇੱਧਰ ਵੀ ਖਾ ਲਏ ਬਾਬਾ ਜੀ ਨੇ ਘੱਟ ਦੇਖੋ ਜਵਾਨ ਦੇ ਉਹ ਥੋੜ੍ਹਾ ਮੁੰਡੇ ਨੂੰ ਸੀਂਡ ਲੱਗਿਆ ਵਾ ਮੈਂ ਕਿਹਾ ਮੁੰਡੇ ਨੂੰ ਮਾੜਾ ਸੀਂਡ ਲੱਗਿਆ ਵਾ ਲਓ ਜੀ ਅਸੀਂ ਸਠਿਆਲੇ ਪਿੰਡ ਦੇ ਆਸ ਪਾਸ ਪਹੁੰਚ ਗਏ ਹਾਂ ਆਪਣੇ ਬਿਆਸ ਪਹੁੰਚਣ ਵਾਲੇ ਹਾਂ 10 ਕਿਲੋਮੀਟਰ ਰਹਿ ਗਿਆ ਹੁਣ ਲਗਭਗ ਹੈ ਨਾ ਮੇਰੇ ਪੱਕਾ ਨਹੀਂ ਧਿਆਨ 'ਚ ਹੈਗਾ ਅਤੇ ਇੱਧਰ ਵੀ ਤਰੱਕੀ ਹੌਲੀ ਹੌਲੀ ਪਹੁੰਚ ਰਹੀ ਆ ਤੁਸੀਂ ਦੇਖਦੇ ਹੋ ਤਰੱਕੀ ਦੇ ਨਿਸ਼ਾਨੀਆਂ ਆਹ ਸੜਕਾਂ ਤੋਂ ਦਰਖਤ ਪੱਟੇ ਪਏ ਆ ਇਹ ਘੱਟੋ ਘੱਟ ਸਾਨੂੰ ਬਟਾਲਿਓ ਤੁਰਿਆ ਨੂੰ ਥੋੜ੍ਹੀ ਜਿਹੀ ਵਾਟ ਤੱਕ ਸਾਨੂੰ ਛਾਂ ਆਈ ਆ ਮੈਂ ਲਗਭਗ 10 ਕਿਲੋਮੀਟਰ ਤੱਕ ਉਦੋਂ ਬਾਅਦ 'ਚ ਕਹਿਰਾਂ ਦੀ ਧੋਪੀ ਆ ਅਤੇ ਇੰਨੇ ਸੋਹਣੇ ਸੋਹਣੇ ਦਰਖਤ ਕਿੱਡੀਆਂ ਕਿੱਡੀਆਂ ਜੜਾਂ ਇਹਨਾਂ ਦੀਆਂ ਜੜਾਂਗੇ ਅਤੇ ਪੱਟ ਪੱਟ ਸਿੱਟਤੇ ਗੌਰਮੈਂਟਾਂ ਨੇ ਵੀ ਹੁਣ ਕੋਈ 20 ਸਾਲ ਪੁਰਾਣਾ ਹੋਊਗਾ 40 ਸਾਲ ਪੁਰਾਣਾ ਹੋਊਗਾ ਹੈ ਨਾ ਅਤੇ ਹੁਣ ਇਹ ਐਡੇ ਦਰਖਤ ਕਿੱਥੇ ਪਾਉਣੇ ਜਿਹੜੇ ਅੱਜ ਲਾਵਾਂਗੇ ਜਾ ਕੇ ਆਪਾਂ ਤਾਂ
तरक्की नाम का दैंत इधर भी हौली हौली पैर पसार रहा पूरे। तुसी आई सड़क अपग्रेड कर दो है ना। हुण असीं ना हुण ब्यास दे विचों लंघ रहे हां ते सौं रब दी ब्यास ना ऐ लगदा जिवें चंडीगढ़ तों वी वधिया शहर आ कोई। सड़कां दा सिस्टम इहदी बूटियां दी सांभ संभाल कमाल करी पई आ बई। पैवें इक इत्थे वी चले गए डेरे आले ने शहर नूं बड़िया दे लो वेलां नूं पाणी लग्गी आ। डेरे आले ने बड़े कमाल नाल कमाल तरीके नाल शहर सांभिया होया ब्यास। लो जी रावी दरिया पार कर लग गया हूं। देखो रावी दरिया जाता हाँ। थोड़ा जल्दी तुरे सीगे नहाता नहीं गया सी चोबरां ते इत्थों सड़क दे आउंदे उहदी मोटर पै गई निगाह ते चोबर तां डिग पए नहाउण ते आ साडे नवें दोस्त मित्र। तेरा की नाम मुंडिया? हनीप्रीत सिंह। तेरा मुंडिया? गुरप्रीत सिंह। तेरा मुंडिया? अजय पाल। रवि पाल। पढ़ते हो केड़ी क्लास च? छेवीं। है तू मुंडिया? ते फिर की सोचा भला स्कूलिंग तो बाद की करना? डॉक्टरी दा काम जी। ओ बल्ले शावा यार। तू मुंडिया? आई भी डॉक्टरी दा। तू मुंडिया? ओ बल्ले मला हथ यार मैं भी पुलिस वाली हां। ओ बल्ले शाबाश आ मुंडिया ने करना डॉक्टरी दा। ओ मुंडिया ने जाना पुलिस च दोनों डॉक्टर शावा यार। सो प्राउड ऑफ यू मैन। की बेटा मेरी गल समझ। 12वीं तो बाद भी यही ध्यान रह के लग जू पता यार। आईलैट्स करके बाहर नहीं जाना आप ठीक है। इतने रहना आपके पंजाब से ठीक है ना। वेरी गुड। इनू की कहना? नहीं पुत मजाक कर दें सारा कुछ करो ठीक है लाइफ चलगा करो मुंडा इंजॉय तुम मुंडिया को। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਆ ਚੜ੍ਹਦੀ ਕਲਾ? ਅਤੇ ਅਸੀਂ ਹੈਗੇ ਹਾਂ ਉੱਚਾ ਢਿੱਲਵਾਂ। ਬਿਆਸ ਤੋਂ ਬਾਅਦ ਆਉਂਦਾ ਇਹ ਪਿੰਡ। ਪਹਿਲਾਂ ਢਿੱਲਵਾਂ ਆਉਂਦਾ ਪਰਲੀ ਉਹ ਸੜਕ ਦੇ ਪਰਲੀ ਸਾਈਡ ਆ। ਇੱਧਰ ਉੱਚਾ ਢਿੱਲਵਾਂ ਆ ਗਿਆ ਅਤੇ ਅਸੀਂ ਜਾਂਦੇ ਹਾਂ ਸੁਲਤਾਨਪੁਰ ਲੋਧੀ ਨੂੰ। ਅਤੇ ਰਸਤੇ 'ਚ ਨਾ ਆਹ ਬਾਈ ਦੀ ਮੋਟਰ ਚੱਲੀ ਜਾਂਦੀ ਸੀ। ਸੌਂ ਲੱਗੇ ਬਾਈ ਜਿਉਂਦਾ ਵੱਸਦਾ ਰਹੇ ਯਾਰ। ਰੱਬ ਤੈਨੂੰ ਲੰਮੀ ਉਮਰ ਬਖਸ਼ੇ। ਇੰਨਾ ਨਜ਼ਾਰਾ ਆਇਆ ਮੋਟਰ 'ਤੇ ਨਹਾ ਕੇ। ਡਿੱਗੀ ਵੀ ਖੁੱਲ੍ਹੀ ਆ ਅਤੇ ਪਾਣੀ ਵੀ ਕਿਆ ਬਾਤ ਆ। ਸਵਾਦ ਵੀ ਬਹੁਤ ਆ ਅਤੇ ਠੰਡਾ ਪਾਣੀ ਨਜ਼ਾਰਾ ਆ ਗਿਆ। ਨਹਾ ਕੇ ਸਾਰੇ ਐਨ ਸੈੱਟ ਵੈੱਟ ਹੋਏ ਖੜ੍ਹੇ ਆ ਅਤੇ ਹੁਣ ਸਾਈਕਲ ਜਾਂਦੇ ਹੋ ਦੇਖੇ ਤੁਸੀਂ। ਬਰਜਿੰਦਰ ਕਿਵੇਂ ਆ? ਇਹ ਪਹਿਲਾਂ ਨਹਾਉਂਦਾ ਨਹੀਂ ਸੀਗਾ। ਸਭ ਤੋਂ ਵੱਧ ਟਾਈਮ ਲਾਇਆ ਨੇ ਹੁਣ ਕੇ ਸਾਹ ਲੱਗੇ ਬਈ ਜਿਹੜਾ ਨਹਾਉਣ ਨੂੰ ਜੀ ਨਹੀਂ ਕਰਦਾ ਸੀ ਪਰ ਇਹਨਾਂ ਨੂੰ ਵੇਖ ਕੇ ਰਿਹਾ ਨਹੀਂ ਗਿਆ ਤੇ ਸਭ ਤੋਂ ਵੱਧ ਟਾਈਮ ਮੈਂ ਲਾਇਆ। ਠੰਡਾ ਠੰਡਾ ਪਾਣੀ ਤੇ ਨਜ਼ਾਰਾ ਆ ਗਿਆ। ਸਰੀਰ ਸਰੂਰ ਸਾਡੇ ਸੈੱਟ ਹੋ ਗਏ। ਖੁਸ਼ ਕਿਵੇਂ ਆ? ਲੱਤਾਂ ਲੁੱਤਾਂ ਨਹੀਂ ਦੁਖਦੀ ਹੁਣ? ਲੱਤਾਂ ਆਪਣੇ ਤੁਸੀਂ ਨਹੀਂ ਕਿਹੜੇ ਨਹੀਂ ਹੂੰ ਸੈੱਟ ਹੋ ਗਿਆ ਨਾ ਨਹਾ ਕੇ ਜਮਾ ਨਾ ਪੂਰੇ ਫਰਕ ਆ। ਮੈਂ ਤੁਹਾਨੂੰ ਪਹਿਲੇ ਕਹੀ ਨਹਾ ਲਗੇ। ਵਾਹ ਠੀਕ ਆ। ਚਲੋ ਠੀਕ ਆ ਜੀ ਮਿਲਦੇ ਅਗਲੀ ਵੀਡੀਓ 'ਚ। ਨਹਾ ਨੂੰ ਲੈ ਚੱਲਦੇ ਹਾਂ ਚੜ੍ਹਦੀ ਕਲਾ। ਲਓ ਬਾਬੇ ਉਹ ਚੋਬਰ ਸਾਡੇ ਕਹਿੰਦੇ ਵਿਟਾਮਿਨ ਸੀ ਦੀ ਘਾਟ ਪੂਰੀ ਕਰ ਲਈਏ। ਸੰਤਰਾ ਖਾਓ। ਸੰਤਰਾ ਖਾ ਰਹੇ ਆ ਤੇ ਇੱਧਰ ਦੱਸ ਦੇ ਹੱਥ 'ਚ ਕੋਕ ਦੀ ਬੋਤਲ ਆ। ਇਹ ਹੈਲਥ ਕੌਨਸ਼ੀਅਸ ਹੁੰਦਾ ਕਿਉਂਕਿ ਮੈਨੂੰ ਪਤਾ ਵੀ ਮੈਂ ਜਿਹੜਾ ਕੋਈ ਸਫ਼ਰ 'ਤੇ ਖਾ ਪੀ ਲਿਆ ਮੁੜ ਕੇ ਦਾ ਸਾਰਾ ਸਾਲ ਆਪਣੀ ਡਾਇਟ ਹੀ ਚੱਲਣੀ ਆ। ਅਤੇ ਇੱਕ ਮੇਰੀ ਪ੍ਰਭ ਜੋ ਉਹਦੇ ਨਾਲ ਸ਼ਿਕਾਇਤ ਆ ਸਾਰੇ ਵਿਊਵਰਸ ਜ਼ਰੂਰ ਚੈੱਕ ਕਰਨੇ ਅਤੇ ਮੈਨੂੰ ਵਾਰ ਵਾਰ ਧਮਕੀਆਂ ਦਿੰਦਾ ਰਹਿੰਦਾ ਵੀ ਤੇਰੀਆਂ ਫੋਟੋਆਂ ਡਿਲੀਟ ਕਰੂੰ ਤੇਰੀਆਂ ਵੀਡੀਓ ਡਿਲੀਟ ਕਰੂੰ। ਹੁਣ ਬਾਈ ਜੀ ਜੇ ਮੇਰੇ ਵਰਗੇ ਗਰੀਬ ਬੰਦੇ ਨੂੰ ਫੋਨ ਨਹੀਂ ਚਲਾਉਣਾ ਆਉਂਦਾ ਠੀਕ ਆ ਤਾਂ ਮਾੜਾ ਮੋੜਾ ਇਹਨਾਂ ਦਾ ਹੱਕ ਨਹੀਂ ਬਣਦਾ ਵੀ ਵੀਡੀਓ ਐਡਿਟ ਕਰਨ ਮੇਰੀਆਂ ਫੋਟੋਆਂ ਐਡਿਟ ਕਰਕੇ ਦੇਣ। ਨਾ ਚੱਲਦੀ ਆ ਮੈਂ ਨਾ 3 ਦਿਨ ਹੋ ਗਈ 5ਵਾਂ ਦਿਨ ਸਾਡਾ ਸਫ਼ਰ ਚੱਲ ਗਿਆ। ਇਹਨਾਂ ਨੇ ਮੇਰੀ ਇੱਕ ਕਿਸੇ ਕੰਮ ਦੀ ਇੱਕ ਰੀਲ ਹੀ ਬਣਾ ਕੇ ਦਿੱਤੀ। ਮੈਨੇ 5-5 ਰੀਲਾਂ ਬਣਾ ਦਿੱਤੀਆਂ। ਜੇ ਮੈਂ ਉੱਤੋਂ ਕਹਿੰਦਾ ਮੇਰੀ ਰੀਲ ਬਣਾ ਲਓ ਫਿਰ ਕਹਿਣਗੇ ਵੀ ਮੇਰੀ ਸਾਡੀ ਬਣਾ ਕੇ ਦੇਗਾ। ਇਹਨਾਂ ਨੇ 5-5 ਬਣਾ ਦਿੱਤੀਆਂ।